ਸ਼ਾਹਕੋਟ ਦੇ ਠਾਕੁਰ ਦੁਆਰ ਗਊਸ਼ਾਲਾ 'ਚ ਗਊ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਕੇਸ਼ ਚੰਦ ਨੇ ਦੱਸਿਆ ਕਿ ਇਸ ਗਊਸ਼ਾਲਾ ਦੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ ਜੀ ਦੀ ਦੇਖਰੇਖ ਵਿੱਚ ਇਸ ਗਊਸ਼ਾਲਾ 'ਚ ਕਰੀਬ 400 ਦੇ ਕਰੀਬ ਗਾਵਾਂ ਹਨ। ਉਨ੍ਹਾਂ ਦੱਸਿਆ ਕਿ ਬਿਮਾਰ ਗਾਵਾਂ ਦੇ ਲਈ ICU ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਹੋਏ। ਗਊ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਵਾ ਗਊਸ਼ਾਲਾ ਦੇ ਵਿੱਚ। ਹਰ ਸਾਲ ਬੜੀ ਧੂਮਧਾਮ ਨਾਲ ਇਹ ਤਿਉਹਾਰ ਗਊਸ਼ਾਲਾ ਦੇ ਵਿੱਚ ਮਨਾਇਆ ਜਾਂਦਾ। ਅੱਛਾ ਜੀ, ਇਹ ਕਿੱਥੇ ਹੈਗੀ ਗਊਸ਼ਾਲਾ? ਇਹ ਗਊਸ਼ਾਲਾ ਠਾਕੁਰ ਦੁਆਰਾ ਗਊਸ਼ਾਲਾ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਦੇ ਵਿੱਚ ਸਥਿਤ ਆ। ਇਹ ਸਾਰੇ ਇਲਾਕੇ ਦੇ ਸਹਿਯੋਗ ਨਾਲ ਬਣਾਈ ਗਈ ਸੀ। ਲਗਭਗ 12-13 ਸਾਲ ਤੋਂ ਬਹੁਤ ਸਫਲਤਾਪੂਰਵਕ ਚੱਲ ਰਹੀ ਆ ਅਤੇ ਸਾਰੇ ਇਲਾਕੇ ਦਾ ਇਹਨੂੰ ਪੂਰਨ ਸਹਿਯੋਗ ਮਿਲ ਰਿਹਾ ਹੈਗਾ। ਕਿੰਨੇ ਕੁ ਗਊ ਜਿਹੜੀ ਇੱਥੇ ਹੈਗੇ ਆ? ਇੱਥੇ ਲਗਭਗ 400 ਗਊ ਹੈਗੀ ਆ ਜੀ। ਗਊਧਨ 400 ਹੈਗਾ ਵਾ ਇੱਥੇ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਸਾਫ਼ ਸਫਾਈ, ਸੇਵਾ, ਪੱਠੇ ਤੂੜੀ ਸਾਰਾ ਕੁਝ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈਗਾ ਵਾ। ਇੱਥੇ ਜਿਹੜੀਆਂ ਗਊਆਂ ਸੂਣ ਵਾਲੀਆਂ ਹੁੰਦੀਆਂ ਉਹਨਾਂ ਵਾਸਤੇ ਵੱਖਰਾ ਪ੍ਰੋਜੈਕਟ ਹੈਗਾ ਵਾ। ਜਿਹੜੀਆਂ ਗਊਆਂ ਬਿਮਾਰ ਹੈਗੀਆਂ ਵਾ ਉਹਨਾਂ ਵਾਸਤੇ, ਜਿਹੜੀਆਂ ਜ਼ਿਆਦਾ ਬਿਮਾਰ ਆ ਉਹਨਾਂ ਵਾਸਤੇ ਵੱਖਰਾ ICU ਹੈਗਾ ਵਾ ਜਿੱਥੇ ਬਿਮਾਰ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ। ਅਤੇ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਮੈਂ ਅੱਜ ਸਾਰੇ ਇਲਾਕੇ ਨੂੰ ਗਊਸ਼ਾਲਾ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਵਾਂ ਪਹਿਲੀ ਗੱਲ ਤਾਂ, ਅਤੇ ਦੂਜੀ ਗੱਲ ਅਪੀਲ ਕਰਦਾ ਵਾਂ ਕਿ ਸਾਰਾ ਇਲਾਕਾ ਜਿੱਦਾਂ ਸਾਨੂੰ ਸਹਿਯੋਗ ਦੇ ਰਿਹਾ ਵਾ ਉਸੇ ਤਰ੍ਹਾਂ ਹੀ ਸਹਿਯੋਗ ਦਿੰਦਾ ਰਹੇ। ਅਤੇ ਇੱਕ ਅਪੀਲ ਕਰਦਾ ਹੈਗਾ ਵਾਂ ਕਿ ਵੱਧ ਤੋਂ ਵੱਧ ਗਊਸ਼ਾਲਾ ਦੇ ਨਾਲ ਜੁੜਿਆ ਜਾਵੇ। ਗਊ ਅਸ਼ਟਮੀ ਦਾ ਤਿਉਹਾਰ ਆ, ਗਊ ਮਾਤਾ ਦਾ ਦਿਨ ਆ। ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ, ਸਾਰੇ ਪੰਜਾਬ ਨਿਵਾਸੀਆਂ ਨੂੰ ਅਤੇ ਸਾਰੇ ਹਿੰਦੁਸਤਾਨ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਵਾਂ। ਅਤੇ ਨਾਲ ਹੀ ਨਾਲ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਸ਼੍ਰੀ ਠਾਕੁਰ ਦੁਆਰਾ ਗਊਸ਼ਾਲਾ ਚੱਲ ਰਹੀ ਆ, ਜਿਨ੍ਹਾਂ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਮੋਹਨ ਮਲਹੋਤਰਾ ਜੀ ਨੇ ਦਿਨ ਰਾਤ ਇੱਕ ਕੀਤਾ ਹੋਇਆ ਇਹਨਾਂ ਨੇ ਇਸ ਗਊਸ਼ਾਲਾ ਨੂੰ ਚਲਾਉਣ ਵਾਸਤੇ। ਮੈਂ ਇਹਨਾਂ ਸਾਰਿਆਂ ਜਿੰਨੇ ਵੀ ਇਹਨਾਂ ਦੇ ਮੈਂਬਰਾਂ ਨੇ ਇਸ ਕਮੇਟੀ ਦੇ, ਔਰ ਖਾਸ ਤੌਰ 'ਤੇ ਮਲਹੋਤਰਾ ਜੀ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ। ਅਤੇ ਉਹਨਾਂ ਦਾ ਜਿਹੜਾ ਜੁਝਾਰੂਪਨ ਆ ਇਸ ਗਊਸ਼ਾਲਾ ਨੂੰ ਚਲਾਉਣ ਲਈ, ਉਹਦੀ ਮੈਂ ਤਹਿ ਦਿਲੋਂ ਉਹਨਾਂ ਦਾ ਸਤਿਕਾਰ ਕਰਦਾ ਵਾਂ। ਅਤੇ ਸਾਰੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਵਾਂ ਕਿ ਵੱਧ ਚੜ੍ਹ ਕੇ ਗਊਸ਼ਾਲਾ ਨੂੰ ਦਾਨ ਦਿਓ, ਕਿਉਂਕਿ ਗਊ ਨੂੰ ਦਿੱਤਾ ਦਾਨ, ਗਊ ਦਾਨ ਸਭ ਤੋਂ ਉੱਤਮ ਦਾਨ ਹੁੰਦਾ। ਅਤੇ ਮੈਂ ਇਹੀ ਬੇਨਤੀ ਕਰਾਂਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਵੱਧ ਤੋਂ ਵੱਧ ਗਊ ਦਾਨ ਕਰੋ ਔਰ ਇਸ ਗਊਸ਼ਾਲਾ ਨੂੰ ਦਾਨ ਦਿਓ, ਤਾਂ ਕਿ ਜਿਹੜੀ ਇਹ ਗਊਸ਼ਾਲਾ ਪਿਛਲੇ ਤੁਹਾਡੇ ਸਹਿਯੋਗ ਨਾਲ ਪਿਛਲੇ ਸਾਲਾਂ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਚੱਲੀ ਆ ਰਹੀ ਆ, ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਫਿਰ ਇੱਕ ਵਾਰ ਮੈਂ ਵਧਾਈ ਦਿੰਦਾ ਹੋਇਆ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਬਿਊਰੋ ਰਿਪੋਰਟ ਦਾ ਟੀਵੀ NRI।